ਡਾਕਟਰ ਸਾਹਿਬ, ਇੱਕ ਕਿਹਾ ਜਾ ਰਿਹਾ ਕਿ ਜਿਹੜੀ ਚੱਡਾ ਸ਼ੂਗਰ ਮਿੱਲ ਆ ਉਹ ਪੌਂਟੀ ਚੱਡਾ ਦੀ ਨੂੰਹ ਅਤੇ ਸਰਨਾ ਭਰਾਵਾਂ ਦੀ ਬੇਟੀ ਆ। ਅੱਜ ਸਰਨਾ ਜੀ ਮਿਲੇ ਵੀ ਨੇ, ਵਾਤਾਵਰਨ ਮੰਤਰੀ ਨੂੰ ਮਿਲੇ ਨੇ ਅੱਜ, ਓ ਪੀ ਸੋਨੀ ਜੀ ਨੂੰ। ਕੁਛ ਅਫਸਰ ਕਹਿ ਰਹੇ ਕਿ ਕੋਈ ਸਿਆਸੀ ਦਬਾਅ ਆ ਸਕਦਾ ਉਹਨਾਂ ਦੇ, ਸਰ ਇੱਕ ਵਾਰ ਤਾਂ ਸੀਲ ਕੀਤੇ ਯਾਰ, ਮੈਨੇ ਮੁੱਖੀ ਗੱਲ ਨਹੀਂ ਪੁੱਛਣੀ ਕੋਈ ਸਿਆਸੀ ਕਰਸੀ। ਸਰ ਤੁਸੀਂ ਦੱਸ ਦਿਓ, ਇਸ ਦਾ ਤੁਹਾਡਾ ਫੇਰ ਤੁਹਾਡਾ ਤਾਂ ਸਰ ਮੈਂ ਪੁੱਛਿਆ ਜਿਹੜਾ ਤੁਹਾਡਾ ਚੈਨਲ ਹੈ ਉਹਦਾ ਸਾਡੇ ਖਿਲਾਫ ਖੁੱਲਿਆ ਹੋਇਆ। ਸਰ ਮੈਂ ਤਾਂ ਪੁੱਛ ਰਿਹਾ ਤੁਹਾਡੇ ਤੋਂ ਕਿ ਤੁਹਾਨੂੰ ਲੱਗਦਾ ਹੈਗਾ ਕਿ ਸਰ ਕਿਹਾ ਜਾ ਰਿਹਾ ਕਿ ਉਹਨਾਂ 'ਤੇ ਕੋਈ ਸਿਆਸੀ ਦਬਾਅ ਪੈ ਸਕਦਾ? ਸਰ ਕਾਰਨ ਦੇਰ ਇਜ਼ ਲੋ ਪੋਲੀਟੀਕਲ ਪ੍ਰੈਸ਼ਰ, ਦਿਸ ਇਜ਼ ਅ ਮੈਟਰ ਦੈਟ ਇਜ਼ ਗੋਇੰਗ ਔਨ, ਇਟ ਵਿਲ ਬੀ ਇਨਵੈਸਟੀਗੇਟਿਡ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਐਕਸ਼ਨ ਲੈਣਾ ਵੀ ਵਿਲ ਟੇਕ। ਸਰ ਇੱਕ ਰਿਪੋਰਟ ਆਈ ਹੈ ਕਿ ਸਿਕੰਦਰ ਸਿੰਘ ਮਲੂਕਾ ਜੋ ਸਾਬਕਾ ਅਕਾਲੀ ਮੰਤਰੀ, ਉਹਨਾਂ ਦੇ 12 ਕਰੋੜ ਦੇ ਲੈਂਡਸਕੇਪ ਦੇ ਵਿੱਚ ਵਿਜੀਲੈਂਸ ਨੇ ਫਾਈਂਡਿੰਗ ਪਾਈ ਗਈ ਹੈਗੀ। ਸਰ ਸਟੇਟ ਕੀ ਐਕਸ਼ਨ ਲੈਣ ਜਾਂਦੀ ਹੈ? ਰੋਬ ਹਾਲੇ ਰੋਬ ਨੂੰ ਅੱਗੇ ਵੱਧ ਦਿਓ, ਲੈਟ ਸਮ ਫੈਕਟਸ ਐਂਡ ਫਿਗਰਸ ਕਮ ਆਊਟ, ਵੀ ਵਿਲ ਟੇਕ ਫੁੱਲ ਐਕਸ਼ਨ ਅਗੇਂਸਟ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਨ੍ਹਾਂ ਦਾ ਨਾਮ ਨਹੀਂ ਆ ਰਿਹਾ। ਸੀਐਮ ਸਾਹਿਬ, ਕਰਜ਼ਾ ਮਾਫ਼ੀ ਨੂੰ ਲੈ ਕੇ ਤੁਸੀਂ ਪ੍ਰਧਾਨ ਮੰਤਰੀ ਦਾ ਚਿੱਠੀ ਲਿਖੀ ਹੈ, ਪਰ ਸਵਾਲ ਉੱਠ ਰਹੇ ਨੇ ਕਿ ਪੂਰਨ ਕਰਜ਼ਾ ਮਾਫ਼ੀ ਕਰਨ ਦੀ ਗੱਲ ਜਿਹੜੀ ਸੀ ਉਹ ਕਾਂਗਰਸ ਵੱਲੋਂ ਕੀਤੀ ਗਈ ਸੀ ਵਿਧਾਨ ਸਭਾ ਵੇਲੇ? ਵੀ ਹੈਡ ਸੈਡ ਦਿਸ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਜੀ, ਲੇਕਿਨ ਉਹਦੇ ਵਿੱਚ ਉਦੋਂ ਬਾਹਰ ਹੁੰਦੇ ਸਾਨੂੰ ਨਹੀਂ ਪਤਾ ਸੀ ਕਿ 2,08,000 ਕਰੋੜ ਦਾ ਸਾਡਾ ਡੈਟ ਹੈ ਜੀ। ਸਾਨੂੰ ਨਹੀਂ ਪਤਾ ਸੀ ਕਿ 42,000 ਕਰੋੜ ਦਾ ਫਿਸਕਲ ਡਿਫਿਸਿਟ, 12,000 ਕਰੋੜ ਦਾ ਰੈਵਨਿਊ ਡਿਫਿਸਿਟ ਹੈ, ਜਦ ਇਹ ਜਿਹੜਾ ਔਲ ਐਂਡ 31,000 ਕਰੋੜ ਤਾਂ ਉਹਨੇ ਡਿਸਅਪੀਅਰ ਕਰ ਗਿਆ, ਵੀ ਡੋਂਟ ਸੀ ਨੋ ਵੇਅਰ ਇਟ ਵਾਜ਼। ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਨਾ ਉਹਨੂੰ ਮੁੱਖ ਰੱਖਦੇ ਹੋਏ ਵੀ ਹੈਵ ਡਨ ਦ ਬੈਸਟ ਵੀ ਕੈਨ। ਅਸੀਂ 10,15,000 17,500 ਕਿਸਾਨਾਂ ਦੇ ਵਿੱਚੋਂ 10,50,000 ਨੂੰ ਅਸੀਂ ਦੇ ਰਹੇ ਹਾਂ, ਐਂਡ ਵੀ ਵਿਲ ਐਂਡ ਅਪ ਬਾਈ ਗਿਵਿੰਗ ਅਬਾਊਟ 9,000 ਕਰੋੜ। ਇਹ ਨਵੰਬਰ ਤੱਕ ਅਸੀਂ ਪੂਰਾ ਕਰ ਦੇਣਾ, 2,00,000 ਅਸੀਂ ਦੇ ਚੁੱਕੇ ਹਾਂ ਕਿਸਾਨਾਂ ਨੂੰ, ਐਂਡ ਬਾਈ ਨਵੰਬਰ ਆਈ ਥਿੰਕ ਪੂਰਾ। ਕੋਨਸਟੀਟਿਊਸ਼ਨ ਆਫ ਇੰਡੀਆ ਇਜ਼ ਯੂਨੀਫਾਰਮ ਕਟਿੰਗ ਅਕਰੋਸ ਆਲ ਜੀਓਗ੍ਰਾਫਿਕਲ ਬਾਉਂਡਰੀਜ਼, ਇਟ ਕੈਨ ਨਾਟ ਬੀ ਡਿਫਰੈਂਟ ਕੋਨਸਟੀਟਿਊਸ਼ਨ ਫਾਰ ਵਨ ਸਟੇਟ ਐਂਡ ਅਨਦਰ ਵਨ ਫਾਰ ਡਿਫਰੈਂਟ ਸਟੇਟ। ਇਸ ਕਰਕੇ ਸਾਡਾ ਮੰਨਣਾ ਹੈ ਜੋ ਵੀ ਬੀਜੇਪੀ ਨੇ ਅੱਜ ਬਹੁਤ ਹੀ ਇੱਕ ਆਪਣਾ ਅਸਲ ਸੋਚ ਦਾ ਮੁਜ਼ਾਹਰਾ ਕੀਤਾ ਕੋਰਟ ਦੇ ਅੰਦਰ, ਜਦੋਂ ਅਟਾਰਨੀ ਜਨਰਲ ਨੇ ਆਹ ਗੱਲ ਕਹੀ ਜੱਜਿਸ ਦੇ ਪੁੱਛਣ ਦੇ ਬਾਅਦ ਵੀ ਕਿਸ ਤਰ੍ਹਾਂ ਤੁਸੀਂ ਮੈਜੋਰਟੀ ਪਰੂਵ ਕਰੋਗੇ, ਐਂਟੀ ਡਿਫੈਕਸ਼ਨ ਲਾਅ ਨੂੰ ਕਿਸ ਤਰ੍ਹਾਂ ਅਵੋਇਡ ਕਰੋਗੇ, ਅਤੇ ਜਿਹੜੇ ਅਟਾਰਨੀ ਜਨਰਲ ਸਾਹਿਬ ਨੇ ਗੱਲ ਕੀਤੀ ਵੀ ਐਂਟੀ ਡਿਫੈਕਸ਼ਨ ਲਾਅ ਤਾਂ ਸਿਰਫ ਜਦੋਂ ਓਥ ਲੈ ਲੂਗਾ ਐਮ ਐਲ ਏ ਉਹਦੇ ਬਾਅਦ ਲਾਗੂ ਹੋਊਗਾ, ਜਿਹੜਾ ਕਿ ਜੱਜਿਸ ਨੇ ਦੇ ਕਾਲਡ ਇਟ ਪ੍ਰੀ ਪੋਸਟਰਸ, ਇਸ ਤੋਂ ਜ਼ਿਆਦਾ ਰਿਪਰੀਮਾਂਡ ਇਟ ਇਜ਼ ਨੋਟ ਰਿਪਰੀਮਾਂਡਿੰਗ ਦਾ ਅਟਾਰਨੀ ਜਨਰਲ, ਇਟ ਇਜ਼ ਬੀਇੰਗ ਦਾ ਗਵਰਨਮੈਂਟ ਔਰ ਪ੍ਰਾਈਮ ਮਿਨਿਸਟਰ ਵਾਜ ਬੀਇੰਗ ਰਿਪਰੀਮਾਂਡਿਡ ਬਾਏ ਦਾ ਸੁਪਰੀਮ ਕੋਰਟ। ਅਗਰ ਉਹ ਸਮਝ ਸਕਣ ਤਾਂ ਉਹਨਾਂ ਦਾ ਡਾਇਰੈਕਟ ਉਹਨਾਂ ਦੇ ਉੱਤੇ ਸੀਗਾ, ਬਾਏ ਨੋ ਵਰਚੂ ਆਫ ਐਨੀ ਇਮੈਜੀਨੇਸ਼ਨ ਮਜੋਰਿਟੀ ਐਸਟੈਬਲਿਸ਼ਡ ਹੈ। ਜਿਹੜੇ ਸਰਕਾਰੀ ਆ ਕਮਿਸ਼ਨ ਦੀ ਗੱਲ ਕਰਦੇ ਹੈ, ਸਾਰੇ ਉੱਥੇ ਜਾ ਕੇ ਵਕੀਲ ਗੱਲ ਕਰਦੇ ਹੈ, ਦੂਜੇ ਆਰਗੂਮੈਂਟ ਦਿੰਦੇ ਹੈ, ਉਹਦੇ ਵਿੱਚ ਬੁਮਾਈ ਜੱਜਮੈਂਟ ਦੀ ਗੱਲ ਕਰਦੇ ਹੈ ਵੀ ਉਹਦੇ ਵਿੱਚ ਪ੍ਰਾਇਰਟੀਜ਼ ਫਿਕਸ ਕੀਤੀਆਂ ਗਈਆਂ ਵੀ ਪਹਿਲੇ ਮਜੋਰਿਟੀ ਪਾਰਟੀ, ਸਿੰਗਲ ਲਾਰਜਸਟ ਮਜੋਰਿਟੀ ਪਾਰਟੀ, ਦੈਨ ਦ ਪ੍ਰੀ ਪੋਲ ਪੋਜੀਸ਼ਨ, ਉਹਦੇ ਬਾਅਦ ਪੋਸਟ ਪੋਲ ਪੋਜੀਸ਼ਨ ਦੀ ਗੱਲ ਕਰਦੇ ਹੈ। ਉਹ ਸਾਰੀਆਂ ਗੱਲਾਂ ਸਮਝਣ ਦੀ ਗੱਲ ਹੈ, ਦੈਟ ਓਨਲੀ ਕਮਜ਼ ਇਨ ਟੂ ਬੀਇੰਗ ਜਦੋਂ ਕੋਈ ਐਂਬੀਗੁਇਟੀ ਹੋਵੇ, ਜਦੋਂ ਕੋਈ ਸ਼ੱਕ ਸ਼ੁਬਾ ਹੋਵੇ। ਇੱਥੇ ਤਾਂ ਕਲੀਅਰ ਕੱਟ ਮੈਜੋਰਿਟੀ ਹੈ, ਕਲੀਅਰ ਕੱਟ ਮੈਜੋਰਿਟੀ ਹੈ, 118 ਮੈਂਬਰਸ ਹੈਗੇ ਕਾਂਗਰਸ ਅਤੇ JDS ਦੇ ਕੋਲ। ਅੱਜ BJP ਜੋ ਕਹਿਣਾ ਚਾਹ ਰਹੀ ਹੈ, ਨਵਾਂ ਗਣਿਤ ਸਿਖਾ ਰਹੀ ਹੈ, ਨਵਾਂ ਮੈਥਮੈਟਿਕਸ ਸਿਖਾ ਰਹੀ ਹੈ ਵੀ 104 ਜਿਹੜੇ ਆ 118 ਨਾਲੋਂ ਜ਼ਿਆਦਾ ਤਕੜੇ, ਦੈਟ ਇਜ਼ ਇਟ। ਸੁਪਰੀਮ ਕੋਰਟ ਨੇ ਜਿਹੜੇ 15 ਦਿਨਾਂ ਨੂੰ ਘਟਾ ਕੇ 30 ਘੰਟੇ ਕੀਤਾ, ਦੈਟ ਓਨਲੀ ਸ਼ੋਜ਼ ਦੈਟ ਦਾ ਸੁਪਰੀਮ ਕੋਰਟ ਹੈਜ਼ ਅੰਡਰਸਟੂਡ ਦਾ ਕੇਸ ਵੀ ਹੈ। ਇਹਨਾਂ ਨੂੰ 15 ਦਿਨ ਮਿਲ ਗਏ, ਰੁਪਈਏ ਦੇ ਕੇ ਇਹਨਾਂ ਨੂੰ ਖਰੀਦ ਲੈਣਗੇ। ਐਂਡ ਅਨਦਰ ਥਿੰਗ ਵਿਚ ਇਜ਼ ਹਾਈਲਾਈਟਿਡ, ਕੱਲ੍ਹ ਕਈ ਪੱਤਰਕਾਰ ਕਾਂਗਰਸੀ ਸਾਥੀਆਂ ਨੂੰ ਪੁੱਛ ਰਹੇ ਸੀ, ਜਿਵੇਂ ਤੁਸੀਂ ਵੀ ਹੁਣ ਸਵਾਲ ਕੀਤਾ ਵੀ ਕੀ ਤੁਸੀਂ ਸ਼ੋਰ ਹੋ ਕੱਲ੍ਹ ਤੁਹਾਡੀ ਮੈਜੋਰਿਟੀ ਪਰੂਵ ਹੋ ਜੂਗੀ। ਟੂ ਬੀ ਓਨੈਸਟ ਸਰ, ਲਾਗ ਲਪੇਟ ਨਾ ਕਰਕੇ, ਬਣਾਵਟੀ ਗੱਲ ਨਾ ਕਰਕੇ, ਜਿਹੜੀ ਮੈਂ ਗੱਲ ਕਹਿ ਰਿਹਾ, ਜਿਹੜੇ ਕਿਸਮ ਦੇ ਫਿਗਰਸ ਬੋਲੀਆਂ ਜਾ ਰਹੀਆਂ, ਜਿਹੜੀ ਰਕਮ ਬੋਲੀ ਜਾ ਰਹੀ ਹੈ, ਆ ਤਾਂ MLA ਹੈਗੇ 100 ਕਰੋੜ ਰੁਪਈਆ ਸੁਣ ਕੇ ਤਾਂ ਮੈਨੂੰ ਲੱਗਦਾ ਕੁਬੇਰ ਖੁਦ ਮੰਨ ਜੂਗਾ ਵੀ ਮੇਰੇ ਵੋਟ ਹੈ, ਸੁਖਬੀਰ ਜੀ ਕਹਿੰਦੇ ਹੋਣੇ ਆ। ਜਦੋਂ ਗਵਰਨਰ ਕਰਨਾਟਕਾ ਨੇ ਇੱਕ ਮਾਈਨੋਰਿਟੀ ਪਾਰਟੀ ਨੂੰ ਬੁਲਾ ਲਿਆ, ਇਹ ਮੈਨੂੰ ਲੱਗਦਾ ਸੁਖਬੀਰ ਜੀ ਦੇ ਮਨ 'ਚ ਵੀ ਆਈ ਹੋਣਾ ਵੀ ਚਾਹੇ ਸਾਡੇ ਕੋਲ 14 MLA ਸੀ, 15 MLA ਸੀਗੇ,
ਸਾਨੂੰ ਵੀ ਬੁਲਾਇਆ ਹੁੰਦਾ ਤਾਂ ਹੋ ਸਕਦਾ ਅਸੀਂ ਵੀ ਤਰਲਾ ਮਾਰ ਲੈਂਦੇ, ਸਾਡੇ ਕੋਲ ਵੀ ਕਰੋੜਾਂ ਰੁਪਈਆਂ ਦੀ ਘਾਟ ਹੈ ਨਹੀਂ ਸੀ। ਦਿਸ ਇਜ਼ ਓਪਨਿੰਗ ਆ ਫਲੱਡ ਗੇਟ ਆਫ ਕਰਪਸ਼ਨ ਅਤੇ ਸਾਡੇ ਲੋਕ ਇਸ ਗੱਲ ਦੇ ਮਾਹਿਰ ਹੈ। ਬੀ ਜੇ ਪੀ ਦੇ ਅਕਾਲੀ ਜਿਹੜੇ ਸੀਗੇ ਪੰਜਾਬ ਦੇ ਇਸ ਗੱਲ ਦੇ ਵਿੱਚ ਮਾਹਿਰ ਹੈ। ਹੋ ਸਕਦਾ ਵੀ ਕੱਲ੍ਹ ਇਹਨਾਂ ਨੂੰ ਅੱਜ ਰਾਤ ਨੂੰ ਬੁਲਾ ਲਿਆ ਜਾਵੇ ਪ੍ਰਾਈਵੇਟ ਜੈਟ ਜੈਟ ਭੇਜ ਕੇ, ਬਿਕੋਜ਼ ਜਿਹੜੀਆਂ ਗੱਲਾਂ ਆ ਰਹੀਆਂ, ਬਾਦਵਾ ਸਾਹਿਬ ਹੱਸਣ ਦੀ ਗੱਲ ਨਹੀਂ, ਜਿਹੜੀਆਂ ਗੱਲਾਂ ਆ ਰਹੀਆਂ ਵੀ ਕਈ ਜਿਹੜੇ ਕਾਂਗਰਸੀ ਹੈ ਅਬਸਟੇਨ ਕਰਨਗੇ, ਜੇ ਡੀ ਐਸ ਵਾਲੇ ਅਬਸਟੇਨ ਕਰਨਗੇ, ਅਸਤੀਫਾ ਦੇਣਗੇ, ਉਹਨਾਂ ਦੀ ਮਾਸਟਰੀ ਹੈ। ਸੁਖਬੀਰ ਬਾਦਲ ਜੀ ਨੇ ਮੋਗੇ ਦਾ ਇਲੈਕਸ਼ਨ, ਮੋਗੇ ਦੇ ਅੰਦਰ ਮਿਸਟਰ ਜੈਨ ਨੂੰ ਇਹਨਾਂ ਨੇ ਰਿਜ਼ਾਈਨ ਕਰਵਾਇਆ, ਇਹਨਾਂ ਨੇ ਤਲਵੰਡੀ ਸਾਬੋ ਦਾ ਜਿਹੜਾ ਐੱਮ ਐੱਲ ਏ ਹੈ ਉਹਨਾਂ ਨੂੰ ਰਿਜ਼ਾਈਨ ਕਰਵਾਇਆ। ਹੋ ਸਕਦਾ ਇਹਨਾਂ ਦੀ ਐਕਸਪਰਟੀਜ਼ ਲੈਣ ਵਾਸਤੇ ਇਹਨਾਂ ਨੂੰ ਬੁਲਾ ਲੈਣ, ਕਿਉਂਕਿ ਦੇ ਆਰ ਪਾਸ ਮਾਸਟਰ, ਇੱਕ ਹੀ ਥੈਲੀ ਕੇ ਚੱਟੇ ਵੱਟੇ ਆਏ ਲੋਕ। ਪਰੰਤੂ ਕਾਂਗਰਸ ਪਾਰਟੀ ਕੋ ਵਿਸ਼ਵਾਸ ਹੈ ਕਿ ਲੋਕਤੰਤਰ ਕੀ ਜੀਤ ਹੋਗੀ।